ਸਤਿ ਸ਼੍ਰੀ ਅਕਾਲ। ਸੋਹਨ ਸਿੰਘ ਮੀਸ਼ਾ ਜੀ ਨੂੰ ਯਾਦ ਕਰਦਿਆਂ ਅੱਜ ਬਰਸੀ 'ਤੇ ਵਿਸ਼ੇਸ਼ ਅਸੀਂ ਸੋਹਨ ਸਿੰਘ ਮੀਸ਼ਾ ਜੀ 'ਤੇ ਗੱਲਬਾਤ ਕਰਾਂਗੇ। ਜਦੋਂ ਸੰਚਾਰ ਮੀਡੀਆ ਵਿੱਚ ਟੈਲੀਵਿਜ਼ਨ ਦੀ ਦਸਤਕ ਹੋਈ ਹੀ ਸੀ, ਉਸ ਸਮੇਂ ਲੋਕਾਂ ਦੇ ਦਿਲਾਂ ਉੱਪਰ ਰੇਡੀਓ ਦਾ ਕਬਜ਼ਾ ਸੀ। ਰੇਡੀਓ ਜਗਤ ਵਿੱਚ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਧੁਨਿਕ ਕਵਿਤਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਮੀਸ਼ਾ ਨੂੰ ਭਲਾ ਕੌਣ ਨਹੀਂ ਜਾਣਦਾ। ਸ਼ਿਵ ਕੁਮਾਰ ਬਟਾਲਵੀ ਦਾ ਹਾਣੀ ਮੀਸ਼ਾ ਪ੍ਰੋਫੈਸਰ ਮੋਹਨ ਸਿੰਘ ਨੂੰ ਪੜ੍ਹ ਕੇ ਕਵਿਤਾ ਲਿਖਣ ਲੱਗਾ। ਅੱਜ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਅਤੇ ਉਸ ਸਮੇਂ ਦੇ ਕਈ ਕਵੀ ਉਹਨਾਂ ਦੀ ਕਵਿਤਾ ਤੋਂ ਪ੍ਰਭਾਵ ਤੋਂ ਅਣਭਿੱਜ ਨਾ ਰਹਿ ਸਕੇ। ਸ ਮੀਸ਼ਾ ਜੀ ਦੇ ਕਵਿਤਾ ਲਿਖਣ ਦਾ ਸਮਾਂ ਉਹ ਸਮਾਂ ਸੀ ਜਦੋਂ ਆਧੁਨਿਕ ਪੰਜਾਬੀ ਕਾਵਿ ਵਿੱਚ ਕਈ ਨਵੀਆਂ ਕਲਮਾਂ ਆਪਣਾ ਹੱਥ ਅਜ਼ਮਾ ਰਹੀਆਂ ਸਨ, ਪਰ ਉਹ ਆਪਣੇ ਸਮੇਂ ਦੇ ਬੇਹੱਦ ਮਕਬੂਲ ਸ਼ਾਇਰ ਮੰਨੇ ਗਏ। ਸ ਮੀਸ਼ਾ ਦਾ ਜਨਮ ਪੰਜਾਬੀ ਲੇਖਕ ਕੋਸ਼ ਅਨੁਸਾਰ 15 ਮਾਰਚ 1933 ਈਸਵੀ ਨੂੰ ਮਾਤਾ ਸ਼੍ਰੀਮਤੀ ਗੁਰਵੰਤ ਕੌਰ ਦੀ ਕੁੱਖੋਂ ਅਤੇ ਪਿਤਾ ਸਰਦਾਰ ਇੰਦਰ ਸਿੰਘ ਦੇ ਵਿਹੜੇ ਪਿੰਡ ਭੇਟ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਪਰ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਮੀਸ਼ਾ ਜੀ ਦੀ ਸੰਪਾਦਿਤ ਪੁਸਤਕ ਚਪਲ ਚੇਤਨਾ ਦੇ ਸ਼ੁਰੂ ਵਿੱਚ ਸਰਦਾਰ ਮੀਸ਼ਾ ਦਾ ਜਨਮ 30 ਅਗਸਤ 1934 ਦੱਸਿਆ ਗਿਆ ਹੈ। ਉਹਨਾਂ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਰਣਧੀਰ ਹਾਈ ਸਕੂਲ ਕਪੂਰਥਲਾ ਤੋਂ ਕੀਤੀ। ਉਸ ਤੋਂ ਬਾਅਦ FA ਰਣਧੀਰ ਕਾਲਜ ਕਪੂਰਥਲਾ ਅਤੇ ਫਿਰ BA MA ਅੰਗਰੇਜ਼ੀ ਗੌਰਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਕੁਝ ਸਮਾਂ ਨੈਸ਼ਨਲ ਕਾਲਜ ਸਠਿਆਲਾ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ। ਉਹਨਾਂ ਵੱਲੋਂ ਬਣਾਈ ਗਈ ਸਾਹਿਤਕ ਸੰਸਥਾ ਦਾਇਰਾ ਨੇ ਆਪਣਾ ਅਜਿਹਾ ਦਾਇਰਾ ਬਣਾਇਆ ਕਿ ਅੱਜ ਤੱਕ ਉਸਦੀ ਗੱਲ ਹੁੰਦੀ ਹੈ। ਉਹਨਾਂ ਦਾ ਵਿਆਹ ਸ਼੍ਰੀਮਤੀ ਸੁਰਿੰਦਰ ਕੌਰ ਨਾਲ ਹੋਇਆ ਅਤੇ ਬਾਅਦ ਵਿੱਚ ਉਹਨਾਂ ਦੇ ਘਰ 1965 ਵਿੱਚ ਵੱਡੇ ਪੁੱਤਰ ਅਮਰਦੀਪ ਅਤੇ 1969 ਵਿੱਚ ਬੇਟੀ ਗੁਰਜੋਤ ਨੇ ਜਨਮ ਲਿਆ। ਗੁਰਜੋਤ ਦੇ ਜਨਮ ਸਮੇਂ ਹੀ ਮੀਸ਼ਾ ਜੀ ਨੇ ਆਪਣੀ ਬੇਟੀ ਨੂੰ ਸਮਰਪਿਤ ਕਵਿਤਾ ਪ੍ਰਾਹੁਣੀ ਲਿਖੀ, ਜੋ ਹੁਣ 11ਵੀਂ ਜਮਾਤ ਦੀ ਕਿਤਾਬ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚ ਸਿਲੇਬਸ ਅਧੀਨ ਪੜ੍ਹਾਈ ਜਾ ਰਹੀ ਹੈ। ਮੀਸ਼ਾ ਜੀ ਆਧੁਨਿਕ ਦੌਰ ਵਿੱਚ ਰੋਮਾਂਟਿਕ ਭਰਮ ਭੁਲੇਖੇ ਤੋੜਨ ਵਾਲੀ ਯਥਾਰਥਵਾਦੀ ਕਵੀ ਸੀ। ਪਾਤਰ ਦੇ ਸ਼ਬਦਾਂ ਅਨੁਸਾਰ ਉਹ ਸੱਚੀ ਨਿਰਾਸ਼ਾ, ਕੌੜੇ ਸੱਚਾਂ ਅਤੇ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ। ਮੀਸ਼ਾ ਜੀ ਦੀਆਂ ਕਵਿਤਾਵਾਂ ਵਿੱਚ ਜਜ਼ਬੇ ਦੀ ਪ੍ਰਧਾਨਤਾ ਹੈ। ਉਹਨਾਂ ਨੇ ਆਪਣੀਆਂ ਕਵਿਤਾਵਾਂ ਨੂੰ ਵਾਰਤਕ ਦੇ ਵੀ ਕਾਫੀ ਨੇੜੇ ਲਿਆਂਦਾ, ਜਿਸ ਕਰਕੇ ਉਹਨਾਂ ਦੀਆਂ ਕਵਿਤਾਵਾਂ 'ਚ ਸੋਹਜ ਦੀ ਕਮੀ ਹੋਣ ਦੇ ਦੋਸ਼ ਲੱਗੇ। ਡਾਕਟਰ ਅਤਰ ਸਿੰਘ ਨੇ ਕਿਹਾ, ਮੀਸ਼ੇ ਦੀ ਕਾਵਿ ਪੰਕਤੀ ਕਵਿਤਾ ਦੀ ਕਾਵਿ ਪੰਕਤੀ ਪ੍ਰਤੀਤ ਨਹੀਂ ਹੁੰਦੀ, ਵਾਰਤਕ ਦਾ ਵਾਕ ਪ੍ਰਤੀਤ ਹੁੰਦੀ ਹੈ। ਪਰ ਮੀਸ਼ਾ ਜੀ ਨੇ ਜਿੰਨਾ ਕਵਿਤਾ ਨੂੰ ਕਵਿਤਾ ਦੇ ਨੇੜੇ ਹੋ ਕੇ ਲਿਖਿਆ, ਉਨਾ ਹੀ ਵਾਰਤਕ ਦੇ ਨੇੜੇ ਹੋ ਕੇ ਵੀ। ਸ਼ਾਇਦ ਉਹਨਾਂ ਦਾ ਮੋਹ ਵਾਰਤਕ ਨਾਲ ਵੀ ਕਵਿਤਾ ਜਿੰਨਾ ਹੀ ਸੀ। ਇਸੇ ਰਲੇਵੇ ਦੇ ਰੰਗ ਵਿੱਚ ਲਿਪਟੀ ਉਹਨਾਂ ਨੇ ਇੱਕ ਕਵਿਤਾ ਲਿਖੀ, ਜਿਸ ਵਿੱਚ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੀ ਤ੍ਰਾਸਦੀ ਸੀ। ਛੱਡ ਕੇ ਜਗ ਭੀੜਾਂ ਸਨਮਾਨੇ ਰਾਹਾਂ ਨੂੰ, ਤੂੰ ਜਿਸ ਔਜੜ ਪੈਂਡੇ ਕਦਮ ਵਧਾਇਆ ਹੈ, ਇਹ ਪੈਂਡਾ ਹੈ ਮੱਲਿਆ ਸੁੰਨ ਮਸਾਣਾ ਨੇ, ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ। ਉਸ ਸਮੇਂ ਜੁਝਾਰਵਾਦੀ ਕਵਿਤਾ ਨੇ ਵੀ ਸਾਹਿਤ ਵਿੱਚ ਆਪਣੀ ਧੁੱਪ ਬਿਖੇਰੀ ਸੀ ਅਤੇ ਪੰਜਾਬ ਦੇ ਕਈ ਬੁੱਧੀਮਾਨ ਅਤੇ ਚੰਗੇ ਸਾਹਿਤਕਾਰ ਜੁਝਾਰਵਾਦੀ ਅੰਦੋਲਨ ਵਿੱਚ ਸ਼ਾਮਿਲ ਵੀ ਹੋਏ। ਇਸ ਸ਼ਮੂਲੀਅਤ ਵਿੱਚ ਮੀਸ਼ਾ ਜੀ ਦੀ ਵੀ ਸ਼ਿਰਕਤ ਹੋਈ, ਪਰ ਉਹਨਾਂ ਨੇ ਜਲਦੀ ਆਪਣੇ ਕਦਮ ਪਿਛਾਂ ਕਰ ਲਏ। ਮੀਸ਼ਾ ਜੀ ਉਹਨਾਂ ਸਾਹਿਤਕਾਰਾਂ ਦੇ ਨਾਲ ਆਪਣਾ ਮਨ ਜੁਝਾਰਵਾਦ ਦੇ ਪੱਧਰ 'ਤੇ ਨਹੀਂ ਮਿਲਾ ਸਕੇ, ਕਿਉਂਕਿ ਉਹ ਗੋਲੀ ਬੰਦੂਕ ਅਤੇ ਕਤਲੋਗਾਰਤ ਦੇ ਹੱਕ ਵਿੱਚ ਨਹੀਂ ਸਨ, ਉਹ ਸਿਰਫ ਮਾਨਵਤਾ ਦੇ ਮੁੱਦੇ ਹੀ ਸਨ। ਇਸ ਗੱਲ ਦਾ ਪ੍ਰਮਾਣ ਉਹਨਾਂ ਦੀ ਇਹ ਕਵਿਤਾ ਦਿੰਦੀ ਹੈ, ਜੋ ਸਮਝੇ ਮਹਿਰਮ ਦਿਲ ਦੇ ਸਨ, ਹੁਣ ਜਦੋਂ ਕਦੀ ਵੀ ਮਿਲਦੇ ਸਨ, ਤਲਵਾਰ ਨਾਲ, ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਨਾਲ, ਧਰਤੀ ਦੇ ਪਿੰਡੇ ਗੋਰੇ 'ਤੇ ਜਾਂ ਚਿੱਟੇ ਕਾਗਜ਼ ਕੋਰੇ 'ਤੇ ਖਿੱਚਦੇ ਨੇ ਲੀਕ ਬਰੀਕ ਜਿਹੀ, ਮੇਰੇ ਦਿਲ ਤੋਂ ਉੱਠਦੀ ਚੀਖ ਜਿਹੀ। ਉਹਨਾਂ ਦੇ ਦੌਰ ਵਿੱਚ ਪੰਜਾਬ ਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ ਅਤੇ ਪੰਜਾਬ ਦੀ ਚਿੰਤਾ ਵਿੱਚ ਉਹਨਾਂ ਦੀਆਂ ਲਿਖੀਆਂ ਇਹ ਸਤਰਾਂ ਵਿੱਚ ਅਸੀਂ ਪੜ੍ਹ ਸਕਦੇ ਹਾਂ। ਰਾਵੀ ਬਿਆਸ ਜਾਂ ਜਿਹਲਮ ਚਨਾਬ ਦੀ ਗੱਲ, ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ, ਪੱਤੀ ਪੱਤੀ ਵਲੂੰਦਰੀ ਗਈ ਉਸਦੀ, ਸਰਫ ਕਰਦਾ ਸੀ ਜਿਹੜੇ ਗੁਲਾਬ ਦੀ ਗੱਲ। ਉਹਨਾਂ ਦੀਆਂ ਕਵਿਤਾਵਾਂ ਉਸ ਇਨਸਾਨ ਦੀ ਗੱਲ ਕਰਦੀਆਂ ਹਨ ਜੋ ਖੁਦ ਨਾਲ ਹੀ ਲੜ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਦੀ ਕਵਿਤਾ ਅਗਾਂਹ ਵਧੂ ਵਿਗਿਆਨਕ ਸੂਝ, ਯੁੱਗ ਚੇਤਨਤਾ ਆਦਿ ਗੁਣਾਂ ਦੀ ਧਾਰਨੀ ਹੈ। ਮੀਸ਼ਾ ਜੀ ਦੀਆਂ ਕਵਿਤਾਵਾਂ ਵਿੱਚ
ਮੱਧ ਸ਼੍ਰੇਣੀ ਦੇ ਯਥਾਰਥ ਦੀ ਪੇਸ਼ਕਾਰੀ ਹੈ ਜਿੱਥੇ ਮਨੁੱਖੀ ਰਿਸ਼ਤੇ ਖਤਮ ਹੋ ਰਹੇ ਹਨ ਅਤੇ ਸੱਭਿਆਚਾਰ ਰਸਮ ਬਣ ਕੇ ਰਹਿ ਗਿਆ ਹੈ। ਉੱਥੇ ਮੀਸ਼ਾ ਜੀ ਦੀ ਕਵਿਤਾ ਦੇ ਕਟਾਕਸ਼ ਦੇ ਡੰਗ ਵੱਜਦੇ ਹਨ। ਉਹਨਾਂ ਦੀ ਕਵਿਤਾ ਵਰਤਮਾਨ ਵਿੱਚੋਂ ਭਵਿੱਖ ਵੱਲ ਨੂੰ ਸੰਕੇਤ ਦਿੰਦੀ ਹੈ। ਅਸਲ ਵਿੱਚ ਮੀਸ਼ਾ ਜੀ ਆਧੁਨਿਕਤਾਵਾਦੀ ਦ੍ਰਿਸ਼ਟੀ ਵਾਲੇ ਕਵੀ ਸਨ। ਮੀਸ਼ਾ ਜੀ ਨੇ ਬਹੁਤ ਘੱਟ ਮਾਤਰਾ ਵਿੱਚ ਲਿਖਿਆ ਹੈ ਅਤੇ 30 ਸਾਲ ਦੀ ਲੰਬੀ ਸਿਰਜਣ ਪ੍ਰਕਿਰਿਆ ਵਿੱਚੋਂ ਸਿਰਫ 4 ਛੋਟੀਆਂ ਛੋਟੀਆਂ ਕਿਤਾਬਾਂ ਹੀ ਦਿੱਤੀਆਂ ਹਨ। ਚੁਰਸਤਾ, ਦਸਤਕ, ਧੀਮੇ ਬੋਲ, ਕੱਚ ਦੇ ਵਸਤਰ ਅਤੇ ਉਹਨਾਂ ਦੀ ਮੌਤ ਤੋਂ 27 ਸਾਲ ਬਾਅਦ ਉਹਨਾਂ ਦੀ ਪਤਨੀ ਵੱਲੋਂ ਸੰਪਾਦਿਤ ਕੀਤੀ ਕਿਤਾਬ ਚਪਲ ਚੇਤਨਾ ਛਪੀ, ਜਿਸ ਨੂੰ ਚੇਤਨਾ ਪ੍ਰਕਾਸ਼ਨ ਅਧੀਨ ਛਾਪਿਆ ਗਿਆ। ਇਸ ਕਿਤਾਬ ਵਿੱਚ ਅਣ ਛਪੀਆਂ 6 ਕਵਿਤਾਵਾਂ, 21 ਗਜ਼ਲਾਂ ਅਤੇ 5 ਗੀਤਨੁਮਾ ਰਚਨਾਵਾਂ ਹਨ। ਭਾਵੇਂ ਸੋਹਣ ਸਿੰਘ ਮੀਸ਼ਾ ਦੀ ਹਰ ਕਵਿਤਾ ਨੂੰ ਪਾਠਕਾਂ ਦੇ ਸਤਿਕਾਰ ਦਾ ਪਾਤਰ ਰਹੀ, ਪਰ ਚੀਕ ਬੁਲਬਲੀ ਕਵਿਤਾ ਨੇ ਹਰ ਪਾਠਕ ਦੇ ਦਿਲ ਵਿੱਚ ਘਰ ਹੀ ਕਰ ਲਿਆ। ਮੀਸ਼ਾ ਜੀ ਦਾ ਸੰਪੂਰਨ ਕਾਵਿ ਸੰਗ੍ਰਹਿ ਗੁਜ਼ਾਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਮੀਸ਼ਾ ਦੀ ਸੰਪਾਦਨਾ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਛਾਪਿਆ ਹੈ। ਮੀਸ਼ਾ ਜੀ ਦੀਆਂ ਕੁਝ ਗਜ਼ਲਾਂ ਜਗਜੀਤ ਸਿੰਘ, ਜਗਜੀਤ ਸਿੰਘ ਜ਼ੀਰਵੀ, ਸਰਬਜੀਤ ਕੋਕੇਵਾਲੀ ਅਤੇ ਕਈ ਹੋਰ ਗਾਇਕਾਂ ਨੇ ਵੀ ਗਾਈਆਂ ਹਨ। ਬਾਬਾ ਫਰੀਦ ਮੇਲੇ 'ਤੇ ਨੌਰਥ ਜ਼ੋਨ ਕਲਚਰਲ ਸੈਂਟਰ ਵੱਲੋਂ 1986 'ਚ ਕਵੀ ਦਰਬਾਰ ਦੀ ਸੰਚਾਲਨਾ ਮੀਸ਼ਾ ਜੀ ਨੇ ਕਰਨੀ ਸੀ, ਪਰ ਉਹ ਨਾ ਪੁੱਜੇ। ਪਤਾ ਚੱਲਿਆ ਕਿ 22 ਸਤੰਬਰ ਦੇ ਦਿਨ ਘਰੋਂ ਤਾਂ ਕਾਰ ਦਾ ਨੰਬਰ ਲਗਵਾਉਣ ਗਏ ਮੀਸ਼ਾ ਜੀ ਪਿਕਨਿਕ ਮਨਾਉਣ ਕਾਂਜਲੀ ਝੀਲ 'ਤੇ ਚਲੇ ਗਏ ਅਤੇ ਇਸੇ ਝੀਲ ਨੇ ਹੀ ਉਸ ਸਮੇਂ ਦੇ ਮਹਾਨ ਕਵੀ ਨੂੰ ਸਾਥੋਂ ਸਦਾ ਲਈ ਖੋਲ੍ਹਿਆ। ਉਹਨਾਂ ਦੀਆਂ ਆਖਰੀ ਰਸਮਾਂ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਹੋਈਆਂ, ਜਿੱਥੇ ਉਹਨਾਂ ਦੇ ਨਿੱਜੀ ਦੋਸਤ, ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਅਲਬੇਲ ਸਿੰਘ ਗਰੇਵਾਲ ਨੇ ਆਖਰੀ ਸ਼ਬਦ ਕਹੇ। ਉਹਨਾਂ ਨੂੰ ਡੁੱਬਣ ਲਈ ਕਾਂਜਲੀ ਨਹੀਂ, ਕੋਈ ਗਹਿਰੀ ਕਵਿਤਾ ਹੋਣੀ ਚਾਹੀਦੀ ਸੀ। ਧੰਨਵਾਦ।